ਕੁੜੀਆ ਬਲੈਕਮੇਲ ਕਰ ਰਹੀ ਆ ਤੇ ਆਤਮਹੱਤਿਆ ਦੀ ਧਮਕੀ ਦਿੰਦੀ ਆ। ਸਿੱਧੇ ਰੂਪ ਦੇ ਵਿੱਚ ਤੁਹਾਨੂੰ ਹਜੇ ਵੀ ਸ਼ੱਕ ਹੈ ਪਰਿਵਾਰ ਦੇ ਉੱਤੇ ਕੁੜੀ ਦੇ ਉੱਤੇ ਕਿ ਜਾਂ ਸ਼ਰੇਆਮ ਵੀ ਪੱਕਾ ਹੀ ਆ ਵੀ ਹਾਂ ਉਹਨਾਂ ਨੇ ਇਹ ਕਤਲ ਕੀਤਾ? ਕੁੜੀ ਨੇ ਸੱਦਿਆ ਤਾਂ ਹੀ ਗਿਆ ਨਾ। ਪੰਜਾਬੀ ਲੋਕ ਚੈਨਲ ਤੋਂ ਹਰਪਾਲ ਸਿੰਘ ਸੁਨਾਮ ਬੋਲ ਰਹੇ ਹਾਂ ਜੀ। ਹਾਂਜੀ ਹਾਂਜੀ, ਤੁਸੀਂ ਦਵਿੰਦਰਪਾਲ ਸਿੰਘ ਬੋਲ ਰਹੇ ਹੋ ਜੀ? ਹਾਂਜੀ ਹਾਂਜੀ। ਜਿਹੜਾ ਹਰਚਰਨ ਸਿੰਘ ਦਾ ਉਹ ਕਤਲ ਹੋਇਆ ਉਸ ਦੀ ਬਾਬਤ ਤੁਹਾਡੀ ਸਭ ਤੋਂ ਪਹਿਲੀ ਪ੍ਰਤੀਕਿਰਿਆ ਕੀ ਹੈਗੀ ਆ ਵੀ ਉਹ ਕਿਉਂ ਕੀਤਾ ਗਿਆ? ਜਿਵੇਂ ਕਿ ਆਮ ਜਿਹੜੀ ਇੱਕ ਆਡੀਓ ਤੁਸੀਂ ਦੇਖਿਆ ਵਾਇਰਲ ਹੋਈ ਹੋਈ ਆ ਉਹਨਾਂ ਦੇ ਦੋਸਤਾਂ ਦੀ, ਕੀ ਉਹ ਸੱਚ ਹੈ? ਅਤੇ ਜਿਹੜੇ ਉਹਦੇ ਵਿੱਚ ਦੋਸਤ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਜਿਹੜੀ ਆਡੀਓ ਜਿਹੜੀ ਤੁਹਾਨੂੰ ਮਿਲੀ ਆ ਉਹ ਬਿਲਕੁਲ ਹੀ ਸਹੀ ਆ। ਉਹ ਕੁੜੀ ਦੀ ਗੱਲ ਹੁੰਦੀ ਆ ਉਹਦਾ ਦੋਸਤਾਂ ਦਾ ਜੀ। ਹਾਂਜੀ, ਤੇ ਜਿਹੜੇ ਉਹ ਦੋਸਤ ਨੇ ਉਹਨਾਂ ਦਾ ਕੀ ਕਹਿਣਾ ਵੀ ਜਿਹੜੇ ਉਹ ਦੋ ਕੁ ਘੰਟੇ ਮੇਰੇ ਖਿਆਲ ਉਹਨੂੰ ਛੱਡ ਕੇ ਚਲੇ ਗਏ ਸੀ ਵੀ ਬਾਅਦ 'ਚ ਅਸੀਂ ਤੈਨੂੰ ਫੋਨ ਕਰਾਂਗੇ, ਉਹ ਤੁਹਾਨੂੰ ਕੋਈ ਦੱਸ ਰਹੇ ਹੁਣ ਕੋਈ ਬਿਆਨ ਦਿੱਤਾ ਉਹਨਾਂ ਨੇ? ਹਾਂਜੀ, ਇੱਥੋਂ ਕਹਿ ਰਹੇ ਸੀਗੇ ਕਿ ਮਤਲਬ ਹਰਚਰਨ ਇੱਥੋਂ ਘਰੋਂ ਤੇ ਗਿਆ ਵਾ ਗੁਰਦੁਆਰੇ ਜੀ ਖੰਡਪਾਲ ਸਾਹਿਬ ਦਾ, ਕਿਹਾ ਸੀ ਘਰੋਂ ਕਹਿ ਕੇ ਗਿਆ ਕਿ ਮੈਂ ਸੇਵਾ ਕਰਨ ਚੱਲਿਆ। ਫਿਰ ਉੱਥੋਂ ਇਹਨੇ ਗੁਆਂਢੀ ਇਹਨੇ ਜੀ ਜਿਹਦਾ ਨਾਂ ਨਿਰਮਲ ਸਿੰਘ ਉਰਫ ਨਿੰਮਾ ਵਾ ਜੀ, ਉਹਦੇ ਨਾਲ ਇੱਥੋਂ ਇਹ ਗਿਆ ਵਾ ਜੀ। ਹਾਂਜੀ, ਉਸ ਤੋਂ ਬਾਅਦ ਇਹ ਪਹੁੰਚੇ ਨੇ ਅਰਜਨਪੁਰ, ਉੱਥੇ ਕੇਸਰਪੁਰ ਦੇ ਲਾਗੇ ਅਰਜਨਪੁਰ ਪੈਂਦਾ, ਉੱਥੇ ਪਹੁੰਚੇ ਨੇ ਜੀ। ਉੱਥੋਂ ਇੱਕ ਮੁੰਡੇ ਨੂੰ ਇਹਨਾਂ ਨੇ ਹੋਰ ਲਿਆ, ਇਹ ਦੋਵੇਂ ਜਾਣੇ ਉਹਦੇ ਨਾਲ ਗਏ ਨੇ ਜੀ। ਦੋਵੇਂ ਜਾਣੇ ਨਾਲ ਲੈ ਜਾਂਦੇ ਨੇ, ਫਿਰ ਉੱਥੇ ਕੁੜੀ ਦੇ ਘਰ ਦੇ ਲਾਗੇ ਉਹਨੂੰ ਛੱਡ ਦਿੰਦੇ ਨੇ ਰੋਡ ਦੇ ਉੱਤੇ, ਤੇ ਉੱਥੇ ਜਿੱਥੇ ਛੱਡਦੇ ਨੇ ਉੱਥੋਂ ਮਤਲਬ ਇੱਕ ਵੱਟ ਜਾਂਦੀ ਆ ਝੋਨੇ ਦੀ ਜੀ, ਉਹ ਟਿਊਬਵੈਲ ਦੇ ਲਾਗੇ ਜਾ ਕੇ ਥੋੜੀ ਜੀ ਮਤਲਬ 50 ਮੀਟਰ ਦੀ ਦੂਰੀ ਤੇ ਇੱਕ ਟਿਊਬਵੈਲ ਵੀ ਆ, ਉੱਥੇ ਉਹ ਰੁਕਦਾ ਹੈ ਜੋ ਇਹਨਾਂ ਨੇ ਮੁੰਡਿਆਂ ਨੇ ਦੱਸਿਆ। ਉਸ ਤੋਂ ਬਾਅਦ ਇਹ ਵਾਪਸ ਆ ਜਾਂਦੇ ਨੇ, ਉਹ ਕਹਿੰਦੇ ਮਤਲਬ ਹਰਚਰਨ ਕਹਿੰਦਾ ਵਾ ਕਿ ਤੁਸੀਂ ਮੈਨੂੰ 1 ਘੰਟੇ ਬਾਅਦ ਲੈ ਲਿਓ ਜਾਂ ਫੋਨ ਕਰਿਓ ਜੀ। ਫਿਰ ਇਹ ਵਾਪਸ ਚਲੇ ਜਾਂਦੇ ਨੇ ਅਰਜਨਪੁਰ ਹੀ, ਕੇਸਰਪੁਰ ਉਹਨੂੰ ਛੱਡ ਕੇ ਜੀ। ਉਸ ਤੋਂ ਬਾਅਦ ਇਹ ਜਦੋਂ ਉੱਥੇ ਪਹੁੰਚਦੇ ਨੇ ਫਿਰ ਇਹ ਕਹਿੰਦੇ ਆ ਕਿ ਮਤਲਬ ਨਿਰਮਲ ਕਹਿੰਦਾ ਵਾ ਕਿ ਆਪਾਂ ਹਰਚਰਨ ਨੂੰ ਫੋਨ ਕਰੀਏ, ਪਤਾ ਕਰੀਏ ਕਿ ਲੈਣ ਆਈਏ ਕਿ ਨਹੀਂ ਜੀ ਜੀ। ਹਾਂਜੀ ਹਾਂਜੀ ਹਾਂਜੀ, ਤੇ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਇਹ ਫੋਨ ਕਰਦੇ ਨੇ, ਫੋਨ ਟਰਾਈ ਕਰਦੇ ਨੇ ਉਹਦਾ ਹਰਚਰਨ ਸਿੰਘ ਦਾ, ਹਰਚਰਨ ਸਿੰਘ ਦਾ ਫੋਨ ਜਿਹੜਾ ਉਹ ਸਵਿਚ ਆਫ ਹੁੰਦਾ ਵਾ ਜੀ। ਹਾਂਜੀ, ਫਿਰ ਇਹ ਮਤਲਬ ਟਰਾਈ ਕਰਦੇ ਰਹਿੰਦੇ ਨੇ, ਤਾਂ ਕਰਦੇ ਰਹਿੰਦੇ ਨੇ, ਥੋੜੀ ਦੇਰ ਬਾਅਦ ਉਹਦਾ ਫੋਨ ਵੀ ਸਵਿਚ ਆਨ ਹੁੰਦਾ ਵਾ ਜੀ। ਹਾਂਜੀ, ਉਸ ਦੇ ਵਿੱਚ ਜਦੋਂ ਸਵਿਚ ਆਫ ਹੁੰਦਾ ਵਾ ਉਸ ਦੇ ਵਿੱਚ ਇਹਨਾਂ ਦੀ ਗੱਲਬਾਤ, ਜਿਹੜੇ ਤੀਜਾ ਬੰਦਾ ਇਹਨਾਂ ਦਾ ਦੋਸਤ ਸੀਗਾ ਹਰਚਰਨ ਸਿੰਘ ਦਾ, ਉਹਦੇ ਨਾਲ ਗੱਲ ਹੁੰਦੀ ਆ ਤੇ ਉਹਦੇ ਕੋਲ ਨੰਬਰ ਮਿਲਦਾ ਕੁੜੀ ਦਾ। ਫਿਰ ਇਹ ਨਿਰਮਲ ਸਿੰਘ ਕੁੜੀ ਨੂੰ ਫੋਨ ਕਰਦਾ ਕਿ ਹਰਚਰਨ ਸਿੰਘ ਤੁਹਾਡੇ ਕੋਲ ਆਇਆ ਸੀਗਾ, ਉਹ ਪਹੁੰਚਿਆ ਕਿ ਨਹੀਂ ਪਹੁੰਚਿਆ ਜੀ, ਤੇ ਉਹ ਕੁੜੀ ਇਹ ਕਹਿ ਰਹੀ ਆ ਕਿ ਮੇਰੇ ਕੋਲ ਹਰਚਰਨ ਸਿੰਘ ਨਹੀਂ ਪਹੁੰਚਿਆ। ਇਹ ਉਸੇ ਰਾਤ ਦੀ ਗੱਲ ਹੈ ਕਿ ਅਗਲੇ ਦਿਨ ਦੀ ਗੱਲ ਹੈ ਜੀ? ਇਹ ਉਸੇ ਰਾਤ ਦੀ 8 ਸਤੰਬਰ ਦੀ ਗੱਲ ਆ ਜੀ ਜੀ। ਇਹ ਕੀ ਤੁਹਾਡੇ ਪਰਿਵਾਰ ਨੂੰ ਜਾਂ ਰਿਸ਼ਤੇਦਾਰਾਂ ਨੂੰ ਜਾਂ ਇਹਨਾਂ ਦੀਆਂ ਭੈਣਾਂ ਨੂੰ ਕਿਸੇ ਨੂੰ ਇਸ ਦੀ ਜਿਹੜੀ ਆਪਸੀ ਪ੍ਰੇਮ ਸੰਬੰਧ ਸੀ, ਗੱਲਬਾਤ ਸੀ, ਫਰੈਂਡਸ਼ਿਪ ਸੀ, ਇਹ ਇਹਨਾਂ ਦੀ ਕੋਈ ਤੁਹਾਨੂੰ ਪਹਿਲੇ ਜਾਣਕਾਰੀ ਸੀਗੀ ਜੀ? ਹਾਂਜੀ, ਇਹ ਨਿਰਮਲ ਸਿੰਘ ਨੂੰ ਪਤਾ ਸੀ ਇਹਦੇ ਬਾਰੇ, ਜਿਹਨੇ ਖੜਿਆ ਨਾਲ ਜੀ ਜੀ ਜੀ। ਹਾਂਜੀ, ਤੇ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਨਹੀਂ ਪਤਾ ਇਹਦੇ ਬਾਰੇ ਜੀ ਕੁਛ ਵੀ। ਹਾਂਜੀ ਜੀ। ਅੱਛਾ, ਇੱਕ ਜਿਵੇਂ ਹੁਣ ਤੁਸੀਂ ਜਿਹੜਾ ਮੈਂ ਤਹਿਰੀਰ ਦਿੱਤੀ ਸੀ ਉਹਦੇ ਵਿੱਚ ਤੁਸੀਂ ਵੇਖਿਆ ਹੋਣਾ, ਮੈਂ ਮੈਟਰ ਲਿਖਾਇਆ ਵਾ ਕਿ ਇੱਕ ਵਾਰੀ ਹਰਚਰਨ ਸਿੰਘ ਨੇ ਇਹਨਾਂ ਦਾ ਜ਼ਿਕਰ ਕੀਤਾ ਹੋਇਆ ਵਾ ਕਿ ਮੈਨੂੰ ਮਤਲਬ ਕੁੜੀ ਆ ਬਲੈਕਮੇਲ ਕਰ ਰਹੀ ਆ। ਅੱਛਾ ਜੀ, ਇਹ ਹਾਂਜੀ ਆਤਮਹੱਤਿਆ ਦੀ ਧਮਕੀ ਦਿੰਦੀ ਆ ਜੀ। ਇਹ ਕੋਈ ਰਿਕਾਰਡਿੰਗ ਵਗੈਰਾ ਹੈਗੀ ਇਸ ਤਰ੍ਹਾਂ ਦੀ ਜੀ? ਘਰਾਓ ਕੀਤਾ ਸੀ ਉਹਦੇ ਵਿੱਚ, ਫਿਰ ਸੀਓ ਵੀ ਉੱਥੇ ਸੀਗਾ,
ਇਹ ਫਿਰ ਗਏ ਸੀਗੇ ਮਤਲਬ ਜਦੋਂ ਪ੍ਰੈਸ਼ਰ ਪਿਆ ਫਿਰ ਇਹ ਗਏ ਕੁੜੀ ਵਾਲਿਆਂ ਦੇ ਘਰ ਉੱਥੋਂ ਕੁੜੀ ਨੂੰ ਤੇ ਉਹਦੀ ਮਾਂ ਨੂੰ ਲੈ ਕੇ ਗਏ ਆ ਪੀਲੀਭੀਤ ਜੀ ਹਾਂਜੀ ਉਸ ਤੋਂ ਬਾਅਦ ਉੱਥੇ ਮਤਲਬ ਐਸ ਪੀ ਵੀ ਪਹੁੰਚਿਆ ਐਸ ਪੀ ਨਾਲ ਗੱਲਬਾਤ ਹੋਈ ਮੀਟਿੰਗ ਹੋਈ ਸਾਡੀ ਤੇ ਸਾਰੇ ਜਾਣੇ ਕਹਿਣ ਲੱਗ ਪਏ ਮਤਲਬ ਇਹ ਕੇਸ ਜਿਹੜਾ ਵਾ ਇਹ ਕ੍ਰਾਈਮ ਬ੍ਰਾਂਚ ਕੋ ਜਾਂਚ ਕਰਾਈ ਜਾਵੇ ਫਿਰ ਅਸੀਂ ਉੱਥੇ ਐਪਲੀਕੇਸ਼ਨ ਦੇ ਆਏ ਸੀ ਇੱਕ ਕਿ ਸਾਡੀ ਜਿਹੜੀ ਇਹ ਜਾਂਚ ਆ ਇਹ ਉਹਦੇ ਕੋਲ ਕਰਾਈ ਜਾਵੇ ਕ੍ਰਾਈਮ ਬ੍ਰਾਂਚ ਕੋ ਤੇ ਕ੍ਰਾਈਮ ਬ੍ਰਾਂਚ ਕੱਲ ਇੱਥੇ ਪਹੁੰਚੀ ਸੀਗੀ ਆਪਣੇ ਮਾਧੋ ਟਾਂਡਾ ਖੇਤਰ ਚ ਜੀ ਜੀ ਉਹਨਾਂ ਨੇ ਮਤਲਬ ਨਾਮ ਲੈ ਕੇ ਲੈ ਗਏ ਨੇ ਸਾਰਿਆਂ ਦੇ ਜੋ ਵੀ ਮਤਲਬ ਇੱਥੋਂ ਸ਼ੁਰੂ ਹੋਇਆ ਕਿੱਦਾਂ ਪਹੁੰਚਿਆ ਉੱਥੇ ਸਾਰੀ ਗੱਲਬਾਤ ਉਹਨਾਂ ਕੋਲ ਪੁੱਛ ਲਈ ਆ ਜੀ ਤੇ ਆਮ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਦੱਸਿਆ ਜਾ ਰਿਹਾ ਕਿ ਉਸ ਹਰਚਰਨ ਸਿੰਘ ਦੀ ਉਮਰ 16 ਸਾਲ ਦੀ ਸੀਗੀ 17 ਸਾਲ ਦੀ ਅਸਲ ਉਮਰ ਕਿੰਨੀ ਸੀ ਨਹੀਂ ਵੀਰ ਜੀ 19 ਸਾਲ ਦੀ ਉਹਦੀ ਉਮਰ ਸੀ ਤੇ ਉਹ ਕੀ ਕਰ ਰਹੇ ਸੀ ਅੱਜ ਕੱਲ ਉਸ ਐਲਐਸ ਕਰ ਰਿਹਾ ਸੀਗਾ ਜੀ ਕੀ ਪਰਿਵਾਰਕ ਕੋਈ ਪਹਿਲੇ ਰੰਜਿਸ਼ ਵਗੈਰਾ ਤਾਂ ਨਹੀਂ ਸੀਗੀ ਜਿਵੇਂ ਸਾਰੇ ਦੱਸਦੇ ਆ ਵੀ 4 ਭੈਣਾਂ ਦਾ ਇਕਲੌਤਾ ਭਰਾ ਹੈਗਾ ਹਾਂਜੀ ਨਹੀਂ ਰੰਜਿਸ਼ ਕੋਈ ਨਹੀਂ ਪਰਿਵਾਰ ਦੇ ਵਿੱਚ ਅੱਛਾ ਹੁਣ ਤੁਸੀਂ ਸਿੱਧੇ ਰੂਪ ਦੇ ਵਿੱਚ ਤੁਹਾਨੂੰ ਹਜੇ ਵੀ ਸ਼ੱਕ ਹੈ ਪਰਿਵਾਰ ਦੇ ਉੱਤੇ ਕੁੜੀ ਦੇ ਉੱਤੇ ਕਿ ਜਾਂ ਸ਼ਰੇਆਮ ਵੀ ਪੱਕਾ ਹੀ ਹੈ ਵੀ ਹਾਂ ਉਹਨਾਂ ਨੇ ਇਹ ਕਤਲ ਕੀਤਾ ਹਾਂਜੀ ਸ਼ੱਕ ਤੇ ਹੈ ਹੀ ਕਿਉਂਕਿ ਕੁੜੀ ਨੇ ਸੱਦਿਆ ਤਾਂ ਹੀ ਗਿਆ ਨਾ ਜੀ ਤੇ ਉਸ ਤੋਂ ਬਾਅਦ ਕੋਈ ਕੁੜੀ ਦੇ ਬਿਆਨ ਆਏ ਸਾਹਮਣੇ ਜਾਂ ਕਿਸੇ ਨੇ ਕੁੜੀ ਨੇ ਉਹਦੇ ਦੋਸਤਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਨਹੀਂ ਨਹੀਂ ਉਹ ਕਿਸੇ ਦੋਸਤਾਂ ਨੂੰ ਕੰਟੈਕਟ ਕਰਨ ਦੀ ਬਾਅਦ ਕੋਸ਼ਿਸ਼ ਨਹੀਂ ਕੀਤੀ ਗਈ ਤੇ ਉਸ ਤੋਂ ਬਾਅਦ ਹੁਣ ਜਿਹੜੀ ਕਾਰਵਾਈ ਹੋਊਗੀ ਇੱਕ ਕ੍ਰਾਈਮ ਬ੍ਰਾਂਚ ਵਾਲੇ ਦੱਸਣਗੇ ਉਹਦੇ ਕਾਲ ਡਿਟੇਲ ਕੱਢਣਗੇ ਉਸ ਤੋਂ ਹੀ ਕਾਰਵਾਈ ਸ਼ੁਰੂ ਹੋਊਗੀ ਹਾਂ ਜੀ ਜੀ ਤੇ ਤੁਸੀਂ ਹੋਰ ਕੁਛ ਕਹਿਣਾ ਚਾਹੋ ਇਸ ਦੀ ਬਾਬਤ ਇਸ ਕੇਸ ਦੀ ਬਾਬਤ ਸਰ ਨਿਆਏ ਮਿਲਣਾ ਚਾਹੀਦਾ ਵਾ ਜੀ ਮਾਤਾ ਜੀ ਨੂੰ ਹਾਂਜੀ ਜੀ ਉਹਦੀ ਭੈਣ ਨੂੰ ਵੀ ਨਿਆਏ ਮਿਲਣਾ ਚਾਹੀਦਾ ਉਹ ਨੇਤਰਹੀਨ ਆ ਅੱਛਾ ਉਹਨਾਂ ਦੀ ਭੈਣ ਨੇਤਰਹੀਣ ਹੈ ਜੀ ਹਾਂਜੀ ਜੀ ਵਿਕਲਾਂਗ ਆ ਜੀ 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 ਤੁਸੀਂ ਕੀ ਲੱਗਦੇ ਹੋ ਉਹਨਾਂ ਦੇ ਜੀ ਮੈਂ ਉਹਨਾਂ ਦਾ ਜੀਜਾ ਜੀ ਲੱਗਦਾ ਜੀ ਤੇ ਜਿਹੜੇ ਇਹਦੇ ਦੋਸਤ ਹੈਗੇ ਆ ਨਿਰਮਲ ਸਿੰਘ ਹੋਰੀ ਜਾਂ ਇੱਕ ਹੋਰ ਦੋਸਤ ਹੈਗਾ ਉਹਨਾਂ ਨੇ ਤੁਹਾਡੇ ਨਾਲ ਮੁੜ ਕੇ ਕੋਈ ਹੋਰ ਗੱਲਬਾਤ ਹੋਈ ਕੋਈ ਬਿਆਨ ਦਰਜ ਕ੍ਰਾਈਮ ਬ੍ਰਾਂਚ ਅੱਗੇ ਦਰਜ ਕਰਵਾਏ ਜੀ ਹਾਂਜੀ ਦਰਜ ਕਰਵਾਏ ਜੀ ਹੁਣ ਤੇ ਅਸੀਂ ਉਹਨਾਂ ਨੇ ਨੰਬਰ ਦੇ ਦਿੱਤੇ ਆ ਕੰਟੈਕਟ ਨੰਬਰ ਜੀ ਹੁਣ ਉਹ ਕਰਨਗੇ ਫੋਨ ਇਹਨਾਂ ਨੂੰ ਕਿਉਂਕਿ ਉਹ ਸਾਡੇ ਸਾਹਮਣੇ ਸੁਣਨਾ ਉਹਨਾਂ ਨੇ ਕਰਨਾ ਸੀਗਾ ਜੀ ਜੀ ਤੇ ਕੁਛ ਹੋਰ ਕਹਿਣਾ ਚਾਹੋ ਜੀ ਕੋਈ ਮੈਸੇਜ ਦੇਣਾ ਚਾਹੋ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਤੁਸੀਂ ਪੰਜਾਬੀ ਲੋਕ ਚੈਨਲ ਦੇ ਰਾਹੀਂ ਸਰ ਇਹਦੇ ਵਿੱਚ ਇਹ ਆ ਕਿ ਸਾਰੇ ਜਾਣੇ ਸਹਿਯੋਗ ਕਰਨ ਮਾਤਾ ਜੀ ਨੂੰ ਨਿਆਏ ਮਿਲੇ ਜੀ ਤੇ ਜਿਹੜਾ ਜਿਹੜਾ ਵੀ ਮੁਸਲਿਮ ਆ ਉਹ ਫੜਿਆ ਜਾਵੇ ਉਹਨੂੰ ਜੇਲ੍ਹ ਭੇਜਿਆ ਜਾਵੇ ਜੀ ਅਸੀਂ ਤੇ ਇਹੋ ਹੀ ਚਾਹੁੰਦੇ ਹਾਂ ਹਾਂਜੀ ਤੁਹਾਡਾ ਬਹੁਤ ਧੰਨਵਾਦ ਜੀ ਪੰਜਾਬੀ ਲੋਕ ਚੈਨਲ ਨਾਲ ਗੱਲਬਾਤ ਕਰਨ ਲਈ ਥੈਂਕ ਯੂ ਵੈਰੀ ਮੱਚ